ਸਲਾਮ ਅਲੈਕੁਮ ਦੋਸਤੋ, ਕੀ ਹਾਲ ਹੈ? ਠੀਕ ਠਾਕ ਦੋਸਤੋ। 10 ਪੀਸ ਬਰੀਡਰ, 5 ਮਾਦੀਆਂ, 5 ਨਰ ਅਤੇ ਜੋੜੇ ਲੱਗੇ ਲਗਾਏ ਨੇ, ਠੀਕ ਹੈ। ਆਂਡੇ ਬੱਚਿਆਂ ਦੀ ਗਰੰਟੀ ਹੋਏਗੀ। ਇਹਦੇ ਵਿੱਚ ਇੱਕ ਨੀਲਦੁੰਬਾ ਜੋੜਾ, ਫਿਰੋਜ਼ਪੁਰੀ ਜੋੜਾ, ਇੱਕ ਗੋਲਡਨ, ਇੱਕ ਸੂਰੀ ਮਾਦੀ, ਠੀਕ ਹੈ। ਆਹ ਗੋਲਡਨ ਮਾਦੀ ਹੈ, ਆਹ ਲਾਖਾ ਕਬੂਤਰ ਛਾਪਿਆਂ ਵਾਲਾ, ਪੁਰਾਣਾ ਕਬੂਤਰ ਜਿਹੜੇ ਹੁੰਦੇ ਨੇ, ਠੀਕ ਹੈ। ਆਹ ਗੋਲਡਨ ਨਰ ਨੀਲੀਆਂ ਅੱਖਾਂ 'ਚ, ਠੀਕ ਹੈ। ਅਤੇ ਆਹ ਨੀਲਦੁੰਬਾ ਕਬੂਤਰ ਹੈ, ਅਤੇ ਆਹ ਇਹਦੀ ਮਾਦੀ ਹੈ, ਠੀਕ ਹੈ। ਆਹ ਨਰ, ਆਹ ਮਾਦੀ ਹੈ, ਅਤੇ 800 ਰੁਪਏ ਪਰ ਨੇ। ਜੋੜੇ ਲੱਗੇ ਲਗਾਏ ਨੇ, ਆਂਡੇ ਬੱਚਿਆਂ ਦੀ ਗਰੰਟੀ। ਆਹ ਫਿਰੋਜ਼ਪੁਰੀ ਕਬੂਤਰ ਹੈ, ਠੀਕ ਹੈ। ਆਹ ਗੋਲਡਨ, ਆਹ ਕਸੂਰੀ ਮਾਦੀ, ਆਹ ਫਿਰੋਜ਼ਪੁਰੀ ਮਾਦੀ, ਆਹ ਨੀਲਦੁੰਬੀ ਮਾਦੀ। ਇਹ ਜੋੜੇ ਲੱਗੇ ਹੋਏ ਨੇ, ਠੀਕ ਹੈ। ਅਤੇ ਤੁਹਾਨੂੰ ਆਪ ਹੀ ਜਦੋਂ ਜੋੜੇ ਛੱਡੋਗੇ ਤੁਹਾਨੂੰ ਪਤਾ ਲੱਗ ਜਾਣਾ ਕਿਹੜਾ ਕਿਹੜਾ ਕਿੰਨਾ ਲੱਗਾ ਹੋਇਆ ਵਾ, ਠੀਕ ਹੈ। ਜੋੜੇ ਲੱਗੇ ਲਗਾਏ ਨੇ, ਅਤੇ ਇੱਕ ਸਿਰਫ ਜੋੜਾ ਨਹੀਂ ਲੱਗਾ ਹੋਇਆ, ਆਹ ਮਾਦੀ ਕਸੂਰੀ, ਅਤੇ ਉਹ ਗੋਲਡਨ ਕਬੂਤਰ, ਆਹ ਗੋਲਡਨ ਮਾਦੀ ਦੇ ਪਿੱਛੇ, ਠੀਕ ਹੈ। ਅਤੇ ਬਾਕੀ ਪੀਸ ਚੈੱਕ ਕਰ ਲਓ, 800 ਰੁਪਏ ਪਰ ਨੇ, ਕੋਈ ਜ਼ਿਆਦਾ ਪ੍ਰਾਈਜ਼ ਨਹੀਂ ਆਇਆ। ਜੋੜੇ ਲੱਗੇ ਲਗਾਏ, ਆਂਡੇ ਬੱਚਿਆਂ ਤੋਂ ਚੱਕੇ ਨੇ, ਠੀਕ ਹੈ। ਆਹ ਗੋਲਡਨ, ਠੀਕ ਹੈ, ਅਤੇ ਆਹ ਨੀਲੂਮੀ ਮਾਦੀ ਹੈ, ਆਹ ਇਹਦਾ ਨਾਰੇ ਪਿੱਛੇ, ਠੀਕ ਹੈ। ਆਂਡੇ ਝੋਲ ਭਰੀ ਇਹਨੇ, ਆਂਡੇ ਲਾ ਦੇਣੇ ਨੇ, ਠੀਕ ਹੈ। ਅਤੇ ਆਹ ਨਾਰੇ, ਅਤੇ ਇਹਦੀ ਮਾਦੀ ਹੈਗੀ ਹੈ, ਉਹ ਅੱਗੇ, ਉਹ ਸਭ ਤੋਂ ਅੱਗੇ ਇਹਦੀ ਮਾਦੀ ਹੈ ਲਾਖੇ ਦੀ, ਠੀਕ ਹੈ। ਆਹ ਨਰ, ਅਤੇ ਇਹਦੀ ਮਾਦੀ ਨੀਲਦੁੰਬੀ, ਇਹ ਆਹ ਲੱਗੀ ਹੋਈ ਇਹਦੇ ਨਾਲ ਮਾਦੀ, ਠੀਕ ਹੈ। ਚਾਰ ਜੋੜੇ ਲੱਗੇ ਹੋਏ ਨੇ, ਅਤੇ ਪੰਜਵਾਂ ਜੋੜਾ ਨਹੀਂ ਲੱਗਾ ਹੋਇਆ ਸਾਹਮਣੇ, ਕਸੂਰੀ ਮਾਦੀ ਦੇ ਨਾਲ ਗੋਲਡਨ ਨਾਲ ਤੁਸੀਂ ਭਾਅ ਲਾ ਲਓ, ਇਹ ਗੋਲਡਨ ਲਾ ਸਕਦੇ। ਆਹ ਨਰ ਵੇਲਾ ਜੀ, ਠੀਕ ਹੈ, ਆੜਾ ਭੱਜਿਆ ਜਾਂਦਾ ਉਹ। ਕੋਈ 10 ਪੀਸ ਨੇ, ਅਤੇ ਆਂਡੇ ਬੱਚੇ ਮਾਸ਼ਾਅੱਲਾ ਸਾਰੇ ਕਰਦੇ ਨੇ। ਆਹ ਫਿਰੋਜ਼ਪੁਰੀ ਕਬੂਤਰ ਹੈ, ਆਹ ਫਿਰੋਜ਼ਪੁਰੀ ਮਾਦੀ ਉਹਦੇ ਪਿੱਛੇ, ਠੀਕ ਹੈ। ਆਹ ਪਿੱਛੇ ਖੜੀ ਹੈ ਇਹ, ਆਹ ਦੇਖ ਲਓ ਮੂੰਹ ਭਰੇ ਨੇ ਇਹਨਾਂ ਨੇ, ਬੱਚਿਆਂ ਤੋਂ ਚੱਕੇ ਨੇ, ਠੀਕ ਹੈ। ਅਤੇ ਬਾਕੀ ਚਲੋ, ਜਿਸ ਭਾਅ ਨੂੰ ਪਸੰਦ ਆ ਰਾਬਤਾ ਕਰ ਲਏ, ਕਾਲ ਕਰ ਲਏ, ਵਟਸਐਪ ਕਰ ਲਏ, 0300-78-72-0827। ਲੋਕੇਸ਼ਨ ਫੈਸਲਾਬਾਦ, ਕਾਰਗੋ ਹੋ ਜਾਏਗਾ, ਠੀਕ ਹੈ। ਮਾਸ਼ਾਅੱਲਾ ਆਂਡੇ ਬੱਚਿਆਂ ਦੀ ਗਰੰਟੀ ਹੈ, ਅਤੇ ਬੱਚੇ ਭਾਵੇਂ ਡਾਂਦੇ ਵੀ ਹੋਣ, ਇੱਕੋ ਹੀ ਘਰੋਂ ਆਏ ਨੇ, ਡੇਰਿਆਂ ਤੋਂ ਆਏ ਨੇ, ਠੀਕ ਹੈ। ਆਹ ਫਿਰੋਜ਼ਪੁਰੀ ਕਬੂਤਰ ਹੈ, ਆ ਚੈੱਕ ਕਰੋ ਜ਼ਰਾ ਪੀਸ, ਅਤੇ ਇਹਦੀ ਮਾਦੀ ਹੈਗੀ ਹੈ, ਕਿੱਧਰ ਗਈ ਇਹ, ਆਹ ਮਾਦੀ ਆ ਜਿਹੜੀ ਪਿਛਲੀ, ਠੀਕ ਹੈ, ਫਿਰੋਜ਼ਪੁਰੀ। ਆਹ ਨੀਲਦੁੰਬਾ ਕਬੂਤਰ, ਠੀਕ ਹੈ, ਇਹਦੀ ਮਾਦੀ ਆ ਜੇ, ਆ ਜਿਹੜੀ ਆ ਰਹੀ ਹੈ, ਠੀਕ ਹੈ। ਮਾਸ਼ਾਅੱਲਾ ਜੋੜੇ ਬੜੇ ਜ਼ਬਰਦਸਤ ਪਾਰਕ ਹੁੰਦੇ, ਐਂ ਮੁੱਕਿਆਂ ਵਾਲੇ ਕਬੂਤਰ ਇੱਦਾਂ ਦੇ ਘੱਟ ਹੀ ਲੱਗਦੇ ਨੇ, ਠੀਕ ਹੈ। ਆਹ ਮਾਦੀ, ਠੀਕ ਹੈ, ਅਤੇ ਇਹਦਾ ਨਾਰ ਜੇ ਲਾਉਣਾ ਵਾ ਤੁਸੀਂ, ਆਹ ਗੋਲਡਨ ਲਾ ਸਕਦੇ ਹੋ। ਬਾਕੀ ਲੋਕ ਜੋੜੇ ਲੱਗੇ ਹੋਏ ਨੇ, ਮਾਸ਼ਾਅੱਲਾ ਪੀਸ ਸਾਰੇ ਬੜੇ ਜ਼ਬਰਦਸਤ ਨੇ, ਰੇਟ ਵੀ ਕੋਈ ਜ਼ਿਆਦਾ ਨਹੀਂ, ਮੁਨਾਸਿਬ ਰੇਟ ਹੈ, ਅਤੇ ਕਬੂਤਰ ਲੱਭ ਵੀ ਕੋਈ ਨਹੀਂ ਰਹੇ ਹੈਗੇ। ਆਹ ਗੋਲਡਨ ਕਬੂਤਰ ਹੈ, ਆਹ ਜਿਹੜਾ ਸਾਹਮਣੇ, ਅਤੇ ਇਹਦੀ ਮਾਦੀ ਹੈਗੀ ਇੱਥੇ ਹੀ, ਉਹ ਨੀਲਦੁੰਬੀ, ਉਹ ਨੁੱਕਰ ਦੇ, ਉਹ ਕਾਂਟੇ ਵਾਲੀ, ਕਾਲੇ ਪੱਲਿਆਂ ਵਾਲੀ, ਠੀਕ ਹੈ। ਅਤੇ ਆਹ ਗੋਲਡਨ ਮਾਦੀ ਹੈ, ਅਤੇ ਇਹਦੇ ਨਾਲ ਨਾਰ ਆਹ ਲੱਗਾ ਜੀ, ਇਲਾਖਾ ਕਾਂਟੇ ਵਾਲਾ, ਠੀਕ ਹੈ। ਅਤੇ ਆਹ ਫਿਰੋਜ਼ਪੁਰੀ ਕਬੂਤਰ ਹੈ, ਬਾਕੀ ਆਹ ਸ਼ੋਪ ਕਰ ਲਓ ਯਾਰ, ਠੀਕ ਹੈ। ਬਾਕੀ ਦੱਸ ਦਿੱਤਾ ਤੁਹਾਨੂੰ, ਜੋੜੇ ਲੱਗੇ ਹੋਏ ਨੇ, ਜਦੋਂ ਜਿਹੜਾ ਬੰਦਾ ਲਏਗਾ ਉਹ ਆਪ ਹੀ ਪਾ ਲੱਗ ਜਾਣਾ ਕਿਹੜਾ ਕਿੰਨਾ ਲੱਗਾ ਹੋਇਆ। ਇੱਕ ਹੀ ਜੋੜਾ ਲਾਉਣਾ ਪੈਣਾ ਤੁਹਾਨੂੰ ਗੋਲਡਨ ਕਬੂਤਰ, ਕਸੂਰੀ ਮਾਦੀ। ਬਾਕੀ ਮਾਸ਼ਾਅੱਲਾ ਜੋੜੇ ਸਾਰੇ ਹੀ ਲੱਗੇ ਹੋਏ ਨੇ, ਬਿਮਾਰ ਕੋਈ ਨਹੀਂ, ਮਾਸ਼ਾਅੱਲਾ ਆਂਡੇ ਬੱਚੇ ਕਰਦੇ ਨੇ, ਠੀਕ ਹੈ। ਆਹ ਮਾਦੀ ਬਹੁਤ ਬਹੁਤ ਹੀ ਇਕਲ, ਆਹ ਮਾਦੀ ਦੇ ਵਿੱਚ ਇਹ ਆਹ ਮਾਦੀ, ਆਹ ਜਿਹੜੀ ਮਾਦੀ ਮੈਂ ਕਹਿ ਰਿਹਾ, ਇਹਨੂੰ ਗੋਲਡਨ ਕਬੂਤਰ ਨਾਲ ਲਾ ਲੈਣਾ, ਇਹ ਬੱਚਾ ਵੀ ਇਨਸ਼ਾਅੱਲਾ ਉੱਡੇਗਾ, ਕਿਉਂਕਿ ਮਾਦੀ ਹੈਗੀ ਹੈ ਤੇਜ਼ ਭਰਦੀ, ਕਬੂਤਰ ਹੈ ਸਲੋਅ ਭਰਦਾ। ਮਾਸ਼ਾਅੱਲਾ ਆਹ ਕਬੂਤਰ ਮੈਂ ਕਹਿ ਰਿਹਾ ਕਿ ਉਹਨਾਂ ਲਾਓ, ਦੇਖੋ ਕਬੂਤਰ, ਠੀਕ ਹੈ। ਅਤੇ ਬਾਕੀ ਆਪਣੀ ਆਪਣੀ ਸਮਝ, ਆਪਣੀ ਸੋਚ, ਬਾਕੀ ਅੱਲਾ ਖੈਰ ਕਰੇ, ਜਿਹੜੇ ਭਾਈ ਦੇ ਨਸੀਬ ਨੇ ਉਹਨੇ ਲੈਣੇ ਨੇ। ਬਾਕੀ ਆ ਚੈੱਕ ਕਰ ਲਓ, ਜਿਸ ਭਾਅ ਨੂੰ ਪਸੰਦ ਆ ਰਾਬਤਾ ਕਰ ਲੈਣਾ, ਕਾਲ ਕਰ ਲੈਣਾ, ਵਟਸਐਪ ਕਰ ਲੈਣਾ। ਆਹ ਕਬੂਤਰ ਵੀ ਬਹੁਤ ਅੱਛਾ ਹੈ ਫਿਰੋਜ਼ਪੁਰ, ਇਹ ਵੀ ਬੱਚਿਆਂ ਦੇ ਵੀ ਉੱਠੇ ਆ ਜੇ, ਠੀਕ ਹੈ। ਕਹਿੰਦੇ ਆਂਡੇ ਬੱਚਿਆਂ ਤੋਂ ਉੱਠੇ ਨੇ, ਅਤੇ ਬਾਕੀ ਆਪਾਂ ਚੱਕ ਲੈਣੇ। ਬਾਕੀ ਜਿਸ ਭਾਅ ਨੂੰ ਪਸੰਦ ਆਉਣ, ਉਹ ਰਾਬਤਾ ਕਰ ਲਏ, ਉਹ ਕਾਲ ਕਰ ਲਏ, ਵਟਸਐਪ ਕਰ ਲਏ, 0300-78-72-0827। ਲੋਕੇਸ਼ਨ ਹੈ ਫੈਸਲਾਬਾਦ, ਕਾਰਗੋ ਹੋ ਜਾਏਗਾ, ਠੀਕ ਹੈ। ਨਾ ਲੋ ਜੀ, ਸ਼ੋਅ ਕਰੋ, ਕਾਲ ਕਰੋ, ਵਟਸਐਪ ਕਰੋ, 0300-78-72-0827। ਲੋਕੇਸ਼ਨ ਫੈਸਲਾਬਾਦ, ਆਹ ਮਾਦੀ ਨੇ ਵੀ ਆਂਡਾ ਲਾ ਦੇਣਾ ਗੋਲਡ, ਠੀਕ ਹੈ। ਝੋਲ ਭਰੀ ਇਹਦੀ ਵੀ, ਆਹ ਵੀ ਜੋੜਾ ਆਂਡਿਆਂ 'ਤੇ ਆਇਆ ਜੀ, ਠੀਕ ਹੈ। ਅਤੇ ਬਾਕੀ ਚੈੱਕ ਕਰੋ, ਕਾਲ ਕਰੋ, ਵਟਸਐਪ ਕਰੋ, ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਠੀਕ ਹੈ। ਲਓ ਜੀ, ਠੀਕ ਹੈ ਜਨਾਬ। ਬਾਕੀ ਜਿਸ ਭਾਈ ਨੂੰ ਪਸੰਦ ਆਉਣ, ਉਹ ਰਾਬਤਾ ਕਰ ਲੈਣਾ, ਕਾਲ ਕਰ ਲੈਣਾ, ਵਟਸਐਪ ਕਰ ਲੈਣਾ, 0300-78-72-0827। ਚੱਲ ਪਿੱਛੇ ਹੋ ਗਈ, ਆਹ ਨਰ ਗੋਲਡਨ, ਉਹ ਮਾਦੀ ਹੈ ਨਾ, ਠੀਕ ਹੈ, ਨੀਲਦੁੰਬੀ। ਅਤੇ ਬਾਕੀ ਸ਼ੋ ਕਰੋ ਤਸੱਲੀ ਦੇ ਨਾਲ, ਕੋਈ ਕਾਲੀ ਨਹੀਂ ਆਪਾਂ ਨੂੰ।
ਵੀਡੀਓ ਆਪਾਂ ਵਾਹਵਾ ਟਾਈਮ ਦੀ ਬਣਾ ਦਿਆ ਕਰੀਏ, ਜੇਕਰ ਸ਼ੌਕ ਤਸੱਲੀ ਨਾ ਹੋ ਜਾ ਕਰੇਗਾ ਜਿਹੜਾ, ਠੀਕ ਹੈ। ਬਾਕੀ ਆ ਪੀਸ ਚੈੱਕ ਕਰ ਲਓ, ਡੈਮੇਜ ਪੀਸ ਕੋਈ ਨਹੀਂ, ਬਿਮਾਰ ਕੋਈ ਨਹੀਂ, ਆਂਡਿਓ ਬੰਦ ਕੋਈ ਨਹੀਂ ਹੈ। ਠੀਕ ਹੈ ਜੀ, ਦਸਾਂ ਪੀਸਾਂ ਦਾ ਹੁਣ ਦੇਖ ਲਓ ਇੰਨੀ ਵੀਡੀਓ ਬਣਾਤੀ, ਸ਼ੌਕ ਤਾਂ ਹੋ ਗਿਆ ਹੋਣਾ ਹੁਣ ਮੈਨੂੰ ਤਾਂ ਉਹ ਜਾਸ। ਅਤੇ ਅਗਲੀ ਵੀਡੀਓ 'ਚ ਫਿਰ ਹਾਜ਼ਰ ਹੋਵਾਂਗੇ। ਓਕੇ, ਅੱਲਾ ਹਾਫਿਜ਼ ਜੀ।